ਦੇਖੋ ਕਿ 50 ਦੇ ਅੰਕੜੇ ਦੇ ਨਾਲ ਕਿ ਆਹ 50 ਹੋ ਗਿਆ, 100 ਹੋ ਗਿਆ, 150 ਹੋ ਗਿਆ, 200 ਹੋ ਗਿਆ, 250 ਹੋ ਗਿਆ, ਇਹਦੇ ਨਾਲ ਕੋਈ ਤੁਹਾਡਾ ਸੰਬੰਧ ਹੈ ਕਿ ਆਪ ਜੀਆਂ ਦਾ ਕੋਈ ਸੰਬੰਧ ਹੈ ਇਹਨਾਂ ਅੰਕੜਿਆਂ ਦੇ ਨਾਲ? ਕੋਈ ਸੰਬੰਧ ਨਹੀਂ ਇਹਨਾਂ। ਫਿਰ ਜਦੋਂ ਇਹ ਗੁਰਪੁਰਬ ਦੇ ਨਾਲ ਜੋੜਦੇ ਹੋ, ਗੁਰਪੁਰਬ ਵੱਡਾ ਹੁੰਦਾ ਇਹ ਅਸੀਂ ਮੰਨਦੇ ਹਾਂ, ਗੁਰਪੁਰਬ ਤੋਂ ਵੱਡੀ ਕੋਈ ਬਾਤ ਨਹੀਂ ਹੈ ਸਿੱਖ ਵਾਸਤੇ, ਖੁਸ਼ੀ ਦੀ ਬਾਤ ਹੈ। ਪਰ ਜਦੋਂ ਇਹ 50 'ਤੇ ਆਉਂਦਾ ਏ, ਜਾਂ 100 ਆਉਂਦਾ ਏ, ਜਾਂ 150 ਆਉਂਦਾ ਏ, ਜਾਂ 300 ਆਉਂਦਾ ਏ, ਉਦੋਂ ਹੀ ਐਡੀ ਖੁਸ਼ੀ ਦੀ ਕੀ ਬਾਤ ਹੁੰਦੀ? ਕਿਤੇ ਇਹ ਤਾਂ ਨਹੀਂ ਹੈ ਕੁਝ ਸਰਕਾਰ ਮਿਲ ਜਾਂਦੀ, ਕੁਝ ਜਿਹੜੇ ਧਾਰਮਿਕ ਆਗੂ ਨੇ ਉਹ ਮਿਲ ਜਾਂਦੇ, ਕੁਝ ਬਾਬੇ ਜਿਨ੍ਹਾਂ ਨੇ ਲੰਗਰ ਲੁੰਗਰ ਲਾਉਣੇ ਹੁੰਦੇ ਉਹ ਮਿਲ ਜਾਂਦੇ, ਅਤੇ ਉਹ ਇੱਕ ਹਵਾ ਜੀ ਬਣਾ ਦਿੰਦੇ, ਅਤੇ ਅਸੀਂ ਸਾਰੇ ਹੀ ਉਹ ਹਵਾ ਦੀ ਲਪੇਟ 'ਚ ਆ ਜਾਂਦੇ ਹਾਂ। ਕਦੀ ਸੋਚ ਕੇ ਦੇਖਿਓ, ਜੇ 350 ਸਾਲਾਂ ਕੀਮਤੀ ਏ ਤਾਂ ਕੀ 351 ਸਾਲਾਂ ਕੀਮਤੀ ਨਹੀਂ ਹੈ? ਇਹੋ ਜਿਹਾ 350 ਸਾਲਾਂ 'ਚ ਕੀ ਖਾਸ ਏ ਜਿਹੜਾ 349 ਸਾਲਾਂ 'ਚ ਨਹੀਂ ਸੀ ਜਾਂ 351 ਸਾਲਾਂ 'ਚ ਨਹੀਂ ਹੋਏਗਾ? ਕਿਤੇ ਹਵਾ ਦੀ ਇਸ ਮਾਰ ਥੱਲੇ ਨਹੀਂ ਅਸੀਂ ਤੁਰੇ ਫਿਰਦੇ? ਸੋਚ ਕੇ ਦੇਖੀਏ ਕੁਝ ਬਾਤ ਨੂੰ। ਅਸੀਂ ਇੱਕ ਦਿਨ ਬੈਠੇ ਹਿਸਾਬ ਲਾਉਂਦੇ ਸੀ, ਇੱਕ ਲੰਗਰ 'ਤੇ, ਜਿਹੜੇ ਐਡੇ ਵੱਡੇ ਸਮਾਗਮ ਦਾ ਲੰਗਰ ਹੁੰਦਾ ਨਾ, ਇੱਕ ਘੰਟੇ ਦੇ ਵਿੱਚ 1,00,000 ਰੁਪਈਆ ਜਾਂਦਾ। ਕਿੰਨੇ ਲੰਗਰ ਲੱਗੇ ਨੇ ਗਿਣਤੀ ਕੋਈ ਨਹੀਂ। ਆਹ ਜਿਹੜਾ ਪੀਜ਼ੇ ਬਰਗਰਾਂ ਵਾਲਾ ਲੰਗਰ ਏ, ਇਹਨੂੰ ਲੰਗਰ ਕਹਾਂਗੇ? ਇਹਨੂੰ ਲੰਗਰ ਕਹਾਂਗੇ? ਕੱਲ੍ਹ ਨੂੰ ਕੋਈ ਫੀਮ ਲੈ ਕੇ ਆਜੂ ਅਤੇ ਕਹੂ ਇਹਦਾ ਵੀ ਲੰਗਰ ਲਾ ਦਿਓ, ਫਿਰ ਉਹਦਾ ਵੀ ਲਾਵਾਂਗੇ? ਲੰਗਰ ਤਾਂ ਸਾਦਾ ਏ ਜਿਹੜਾ ਤੁਹਾਡੀ ਸਿਹਤ ਨੂੰ ਇੱਕ ਸਿਹਤ ਜਾਬੀ ਦੇਵੇ, ਤੰਦਰੁਸਤੀ ਦੇਵੇ। ਤੁਹਾਡੇ ਅੰਦਰ ਕੂੜਾ ਕਰਕਟ ਭਰਨ ਨੂੰ, ਭਸਖੇ ਭਰਨ ਨੂੰ ਤਾਂ ਲੰਗਰ ਨਹੀਂ ਕਹਿੰਦੇ। ਕੀ ਕਹਿੰਦੇ ਨੇ? ਕੀ ਚਸਕੇ ਦਾ ਲੰਗਰ ਨਾਲ ਕੋਈ ਸੰਬੰਧ ਹੈ? ਆਪ ਜੀ ਦੇ ਪਿਆਰੇ ਨਾਨਕ ਤੇ ਗਾਉਂਦੇ ਸੀ, ਰਸ ਸੋਇਨਾ ਰਸ ਰੂਪਾ ਕਾਮਣ, ਇਹ ਸਭ ਰਸ ਸੀ। ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਅਤੇ ਅਸੀਂ ਫਿਰ ਲੰਗਰ 'ਚ ਰਸਾਂ ਨੂੰ ਵਾੜ ਰਹੇ ਹਾਂ। ਕੀ ਆਪ ਜੀ ਨੂੰ ਇਹ ਗਰੰਟੀ ਏ ਜਿਹੜਾ ਹੁਣ ਐਰਕਾਂ ਕਾਰਜ ਸ਼ੁਰੂ ਹੋਇਆ? ਵੈਸੇ ਤਾਂ ਬਾਹਰ ਦੇ ਦੇਸ਼ਾਂ ਤੋਂ ਆਇਆ ਏ, ਬਾਹਰ ਦੇ ਦੇਸ਼ਾਂ ਵਾਲਿਆਂ ਨੇ ਬੜਾ ਬੇੜਾ ਗਰਕ ਕੀਤਾ, ਅਸੀਂ ਤਾਂ ਬਾਹਰ ਵੀ ਜਾਂਦੇ ਹਾਂ ਅਤੇ ਝਿੜਕ ਕੇ ਹੀ ਆਉਂਦੇ ਹਾਂ ਉਹਨਾਂ ਨੂੰ ਵੀ। ਆ ਜਿਹੜੇ ਵੱਡੇ ਵੱਡੇ ਵਿਆਹ ਕਰਨੇ ਇਹ ਵੀ ਬਾਹਰ ਦੇ ਦੇਸ਼ਾਂ ਤੋਂ ਆਏ, ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਵਿਖਾਵਾ ਕਰਨਾ ਇਹ ਵੀ ਉਹਨਾਂ 'ਚੋਂ ਆਏ। ਇਹ ਜਿਹੜੇ ਲੰਗਰਾਂ 'ਚ ਪੀਜ਼ੇ ਬਰਗਰ ਵਰਤਣੇ ਇਹ ਵੀ ਬਾਹਰ ਦੇ ਦੇਸ਼ਾਂ ਤੋਂ ਆਏ, ਕੁਰਸੀਆਂ ਮੇਜ਼ ਗੁਰੂ ਘਰਾਂ ਦੇ ਵਿੱਚ ਡਾਉਣੇ ਲੰਗਰ ਵੇਲੇ ਇਹ ਵੀ ਬਾਹਰ ਦੇ ਦੇਸ਼ਾਂ ਤੋਂ ਹੀ ਆਏ। ਸੋਚਣਾ ਪਏਗਾ ਥੋੜ੍ਹੀ ਜਿਹੀ ਬਾਤ ਨੂੰ। ਜੇ ਅੱਜ ਅਸੀਂ ਇਹ ਸ਼ੁਰੂ ਕੀਤਾ, ਹੁਣ ਇਹ ਹਰ ਸਾਲ ਹਰ ਜਗ੍ਹਾ 'ਤੇ ਸ਼ੁਰੂ ਹੋਣਾ, ਅਤੇ ਇੱਦਾਂ ਹੋ ਸਕਦਾ ਇਹ ਨਾ ਜਿਹੜੀ ਆਪ ਜੀ ਦੀ ਆਉਣ ਵਾਲੀ ਪੀੜ੍ਹੀ ਏ, ਉਹਨਾਂ ਦੇ ਲੰਗਰਾਂ ਦੇ ਵਿੱਚੋਂ ਜਿਹੜਾ ਇਹ ਉਹ ਪ੍ਰਸ਼ਾਦਾ ਅਤੇ ਦਾਲ ਨਾ ਮਿਲੇ, ਪੀਜ਼ੇ ਬਰਗਰ ਹੀ ਰਹਿ ਜਾਣ। ਸੋਚ ਰਹੇ ਸੀ ਕਿ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਲੱਖ ਰੁਪਈਆ ਜਿਹੜਾ ਹੈ ਉਹ ਬਰਬਾਦ ਹੋ ਰਿਹਾ ਇੱਕ ਦਿਨ ਦੇ ਵਿੱਚ। ਜੇ ਕਿਤੇ ਕੌਮ ਨੇ ਆ ਜਿਹੜਾ ਅਰਬਾਂ ਰੁਪਈਆ ਖਰਚਿਆ ਜਾਣਾ ਹੈ, ਇਹਦਾ ਇੱਕ ਹੌਸਪੀਟਲ ਬਣਾਇਆ ਹੁੰਦਾ, ਇੱਕ ਕਾਲਜ ਬਣਾਇਆ ਹੁੰਦਾ, ਉਸ ਕਾਲਜ ਦੇ ਉੱਤੇ ਲਿਖਿਆ ਹੁੰਦਾ ਗੁਰੂ ਨਾਨਕ ਦੇਵ ਜੀ 550 ਸਾਲਾ ਹੌਸਪੀਟਲ, ਨਾਮ ਦੇ ਦਿੰਦੇ। ਜਿੰਨੇ ਮਾਇਆ ਲੱਗੀ ਏ, ਇੰਨੀ ਮਾਇਆ ਅਸੀਂ 10 ਸਾਲ ਹਸਪਤਾਲ 'ਚ ਫਰੀ ਇਲਾਜ ਕਰਦੇ, ਫਰੀ ਦਵਾਈਆਂ ਵੰਡਦੇ, ਉਹ ਲੰਗਰ ਲਾਉਂਦੇ, ਅਤੇ ਸੱਚ ਜਾਣਿਓ ਸਾਡੇ ਕੋਲ ਇੰਨੇ ਪੈਸੇ ਮੁੱਕਣੇ ਨਹੀਂ ਸੀ ਜਿੰਨੇ ਪੈਸੇ ਹੁਣ ਅਸੀਂ ਲੰਗਰਾਂ 'ਤੇ ਉਜਾੜ ਦੇਣੇ। ਅਤੇ ਆਉਣ ਵਾਲਾ ਜਦੋਂ ਇਤਿਹਾਸ ਆਉਣਾ ਹੈ ਨਾ, ਆਉਣ ਵਾਲੀ ਜਦੋਂ ਪੀੜ੍ਹੀ ਆਉਣੀ ਹੈ, ਉਹਨਾਂ ਨੂੰ ਉਹ ਹਸਪਤਾਲ ਹਰ ਦਿਨ ਉਹਨੇ ਜਿਹੜਾ ਉਹ ਪੁਰਬ ਮਨਾਉਣਾ ਸੀ। ਇਹ ਨਹੀਂ ਕਿ ਇੱਕ ਮਹੀਨਾ ਚੱਲਣਾ ਸੀ, ਉਹਨੇ ਹਰ ਦਿਨ ਪੁਰਬ ਹੋਣਾ ਸੀ ਗੁਰੂ ਨਾਨਕ ਦਾ। ਜਿਹੜਾ ਮਰੀਜ਼ ਉੱਥੇ ਆਉਂਦਾ, ਜਦੋਂ ਉਹਨੂੰ ਦਵਾਈ ਮਿਲਦੀ, ਇਲਾਜ ਮਿਲਦਾ, ਜਦੋਂ ਉਹਦਾ ਜਿਹੜੀ ਬਿਮਾਰੀ ਨੂੰ ਠੀਕ ਕੀਤਾ ਜਾਂਦਾ, ਤਾਂ ਉਹਨੇ ਉਦੋਂ ਹੀ ਕਹਿਣਾ ਸੀ ਕਿ ਧੰਨ ਗੁਰੂ ਨਾਨਕ ਅਤੇ ਧੰਨ ਗੁਰੂ ਨਾਨਕ ਦੇ ਸਿੱਖ। ਪਰ ਹੋ ਕੀ ਰਿਹਾ ਏ? ਰਹਿੰਦੀ ਦੁਨੀਆਂ ਤੱਕ ਉਹ ਕਾਰ ਜੋਵੇਂ ਰਹਿਣਾ ਸੀ, ਅਤੇ ਆਉਣ ਵਾਲੀਆਂ ਪੀੜ੍ਹੀਆਂ ਨੇ ਕਿਤੇ ਯਾਦ ਕਰਿਆ ਕਰਨਾ ਸੀ ਸਾਨੂੰ ਕਿ ਇੱਦਾਂ ਦੇ ਵੀ ਗੁਰਸਿੱਖ ਸਿਆਣੇ ਆਏ ਸੀ
ਜਿਹੜੇ ਗੁਰਪੁਰਬਾਂ ਨੂੰ ਇਦਾਂ ਮਨਾਇਆ ਕਰਦੇ ਸੀ, ਇਹ ਢੰਗ ਸੀ ਉਹਨਾਂ ਦੇ ਮਨਾਉਣ ਦੇ। ਤੇ ਹੁਣ ਕੀ ਕਰ ਰਹੇ ਆ, ਆ ਇੱਥੇ ਨੌਜਵਾਨ ਹੁਣੇ ਬੈਠੇ, ਇਹਨਾਂ ਨੂੰ ਪੁੱਛਣ ਡਏ ਆ ਸੁਲਤਾਨਪੁਰ ਲੋਧੀ ਸਾਹਿਬ ਗਏ ਤੇ ਕਹਿਣ ਡੇ ਖਾਲਸਾ ਜੀ ਗਏ। ਤੁਸੀਂ ਕਹਿ ਕੀ ਕੀਤਾ? ਕਹਿੰਦੇ ਖਾਲਸਾ ਜੀ ਮੱਥਾ ਟੇਕ ਕੇ ਤੇ ਬਾਅਦ ਚ ਤੇ ਅਸੀਂ ਪੀਜ਼ੇ ਵਾਲੇ ਦੇ ਲੰਗਰ ਦੇ ਲਾਗੇ ਜੇ ਬਿਸਤਰਾ ਵੇਖਿਆ ਵੀ ਲਾਗੇ ਜੇ ਕਿਹੜਾ, ਜਦੋਂ ਜੀ ਕਰੂ ਖਾ ਲਾਂਗੇ। ਰਾਤ 2 ਵਜੇ ਤੱਕ ਪੀਜ਼ੇ ਹੀ ਖਾਈ ਗਏ। ਇਹ ਉਸ ਨਾਨਕ ਜੋਤ ਦਾ ਪੁਰਬ ਮਨਾਇਆ ਜਾ ਰਿਹਾ ਭਾਈ। ਕੁਝ ਸਮਝੀਏ ਥੋੜਾ ਜਿਹਾ ਕਿ ਕਿਤੇ ਅਸੀਂ ਇਹ ਲਹਿਰ ਦੇ ਵਿੱਚ, ਇਸ ਹਵਾ ਦੇ ਵਿੱਚ ਜ਼ਿਆਦਾ ਹੀ ਕਮਲੇ 'ਤੇ ਨਹੀਂ ਹੋ ਜਾਂਦੇ? ਥੋੜ੍ਹਾ ਜਿਹਾ ਸੋਚੀਏ ਕਰ ਕੀ ਰਹੇ ਹਾਂ, ਕਿੱਧਰ ਨੂੰ ਜਾ ਰਹੇ ਹਾਂ? ਗੁਰੂ ਨਾਨਕ ਤੇ ਸਦਾ ਕੋਲ ਨੇ, ਅਸੀਂ ਕਹਿੰਦੇ ਪੁਰਬ ਮਨਾਓ, ਰੀਝ ਨਾ ਮਨਾਓ, ਕੋਈ ਦਿੱਕਤ ਨਹੀਂ ਹੈ। ਪਰ ਗੁਰੂ ਨਾਨਕ ਦਾ ਹਿਰਦੇ 'ਚ ਪ੍ਰਕਾਸ਼ ਕਰਕੇ ਮਨਾਓ। ਗੁਰੂ ਨਾਨਕ ਦੀ ਰੋਜ਼ ਇੱਕ ਬਾਣੀ ਪੜ੍ਹੋ, ਹਾਂ ਇੱਕ ਬਾਣੀ ਦੀ ਪੰਕਤੀ ਗੁਰੂ ਨਾਨਕ ਪਿਤਾ ਦੀ। ਚਲੋ ਕਿੰਨੇ ਦਿਨ ਹੋ ਗਏ ਸਤਿਗੁਰੂ ਦੇ ਪੁਰਬ ਨੂੰ ਚੱਲਦਿਆਂ, ਆਸੇ ਪਾਸੇ ਸਾਰੀ ਸੰਗਤ ਮਨਾ ਰਹੀ ਹੈ। ਆਪ ਜੀ 'ਚੋਂ ਕਿੰਨੇ ਕਿੰਨੇ ਜਿਹੜੇ ਰੋਜ਼ ਗੁਰੂ ਨਾਨਕ ਦਾ ਇੱਕ ਸ਼ਬਦ ਪੜ੍ਹਦੇ ਨੇ ਅਤੇ ਕਹਿੰਦੇ ਨੇ ਸਤਿਗੁਰੂ ਮੈਂ ਤੇਰਾ ਪੁਰਬ ਮਨਾਉਣ ਦਾ ਮੇਰਾ ਇਹ ਢੰਗ ਏ ਅਤੇ ਮੈਂ ਰੋਜ਼ ਤੇਰਾ ਇੱਕ ਸ਼ਬਦ ਪੜ੍ਹਨਾ ਏ, ਉਹਦੇ 'ਚੋਂ ਸਿੱਖਿਆ ਧਾਰਨ ਕਰਨੀ ਏ, ਰੋਜ਼ ਇੱਕ ਸਿੱਖਿਆ ਲੈਣੀ। ਕਿੰਨੇ